ਅੰਮ੍ਰਿਤਸਰ ਦੀ ਅਨਾਜ ਮੰਡੀ ਭਗਤਾਂਵਾਲਾ ਦੇ ਵਿੱਚ ਆੜ੍ਹਤੀ ਯੂਨੀਅਨ ਦੇ ਵੱਲੋਂ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਮੁੱਖ ਤੌਰ ਤੇ ਪੁੱਜੇ ਸਾਂਸਦ ਗੁਰਜੀਤ ਸਿੰਘ ਔਜਲਾ ਅਤੇ ਪ੍ਰਧਾਨ ਹਰਪਨ ਔਜਲਾ ਨੇ ਆੜ੍ਹਤੀ ਯੂਨੀਅਨ ਦੇ ਨਵੇਂ ਨਿਯੁਕਤ ਪ੍ਰਧਾਨ ਅਮਨਜੀਤ ਛੀਨਾ ਨੂੰ ਸਨਮਾਨਿਤ ਕੀਤਾ। ਉੱਥੇ ਇਸ ਦੌਰਾਨ ਔਜਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਆੜ੍ਹਤੀ ਕਿਸਾਨਾਂ ਤੇ ਮਜ਼ਦੂਰਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ। ਉੱਥੇ ਦੱਸਣਯੋਗ ਹੈ ਕਿ ਇਸ ਮੌਕੇ ਤੇ ਮੰਡੀ ਦੇ ਵਿੱਚ ਚੱਲ ਰਹੇ 12 ਕਰੋੜ ਦੀ ਲਾਗਤ ਦੇ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦਾ ਵੀ ਉਹਨਾਂ ਨੇ ਨਿਰੀਖਣ ਕੀਤਾ। ਇਸ ਮੌਕੇ ਤੇ ਅਧਿਕਾਰੀਆਂ ਨੂੰ ਵਿਕਾਸ ਕਾਰਜ ਤੇਜ਼ੀ ਦੇ ਨਾਲ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ। ਸਭ ਤੋਂ ਪਹਿਲਾਂ ਜਿੱਦਾਂ ਕਿ ਔਜਲਾ ਸਾਹਿਬ ਪਾਰਲੀਮੈਂਟ 'ਚ ਬਿਜ਼ੀ ਰਹੇ ਸੀ ਅਤੇ ਅੱਜ ਅੰਮ੍ਰਿਤਸਰ ਆਏ ਆ ਅਤੇ ਅੱਜ ਉਹ ਅਮਨਦੀਪ ਸਿੰਘ ਛੀਨਾ ਜੀ ਨੂੰ ਵਧਾਈ ਦੇਣ ਆਏ ਆ ਅਤੇ ਉੱਥੇ ਹੀ ਛੀਨਾ ਸਾਹਿਬ ਨੇ ਉਹਨਾਂ ਨੂੰ ਆਪਣੀ ਮੰਡੀ ਦੇ ਕੰਮਾਂ ਬਾਰੇ ਦੱਸਿਆ। ਜਿੱਥੇ 12 ਕਰੋੜ ਦਾ ਕੰਮ ਸ਼ੁਰੂ ਕਰਾ ਦਿੱਤਾ ਹੋਇਆ ਪੰਜਾਬ ਸਰਕਾਰ ਨੇ, ਉਹਦੀ ਜਾਇਜ਼ਾ ਲੈਣ ਆਏ ਆ। ਅਫਸਰ ਸਾਹਿਬਾਨਾਂ ਨੂੰ ਪੁੱਛਣ ਆਏ ਆ ਕੰਮ ਕਦੋਂ ਤੱਕ ਹੋ ਜੂਗਾ। ਦੂਜੇ ਪਾਸੇ ਉਹਨਾਂ ਨੇ ਯਕੀਨ ਦਿੱਤਾ ਕਿ ਜਿਹੜਾ ਪੁਲ ਦੀ ਬੜੇ ਲੰਬੀ ਸਿਰਾਂ ਤੋਂ ਡੀਕ ਹੈਗੀ ਸੀ ਉਹ ਪੁਲ ਦਾ ਵੀ ਕੰਮ ਕਰਾਇਆ ਜਾਊਗਾ ਭਗਤਾਂਵਾਲੇ ਮੰਡੀ, ਅਤੇ ਡੰਪ ਦੇ ਵਿੱਚ ਜਿਹੜਾ ਪ੍ਰੋਪਰ ਰਸਤਾ ਬਣਾਇਆ ਜਾਊਗਾ ਤਾਂ ਕਿ ਜਿਹੜੀਆਂ ਟਰਾਲੀਆਂ ਵਾਪਸ ਜਾਂਦੀਆਂ ਵਾ ਉਹਨਾਂ ਨੂੰ ਗਾਂ ਜਾਂ ਸੀਜ਼ਨ 'ਚ ਦਿੱਕਤ ਨਾ ਆਵੇ। ਧਰਮਵੀਰ ਗਿੱਲ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ ਐਨ ਆਰ ਆਈ।